ਅਸੀਂ ਅੱਜ ਸਾਡੇ ਮਰਦਾਂ ਤੋਂ ਇੱਕ ਵੀ ਕਦਮ ਪਿੱਛੇ ਨਹੀਂ, ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰਦੇ ਵੀ ਅਸੀਂ ਇਹਨਾਂ ਤੋਂ ਵੀ ਅੱਗੇ ਜਾ ਕੇ ਇਕੱਠ ਕਰੀਏ। ਹਰੇਕ ਵਰਗ ਵੱਲ ਉਹਨਾਂ ਨੂੰ ਦੇਖਣਾ ਚਾਹੀਦਾ, ਉਹ ਤਾਂ ਕਾਰਪੋਰੇਟ ਘਰਾਣੇ ਵੱਲ ਦੇਖਦੇ ਨੇ ਆਪਦੇ ਜੁੰਡੀ ਦੇ ਜਾਰਾਂ ਵੱਲ। ਪਰਮਿਸ਼ਨ ਦੇ ਅਸੀਂ ਲੈਟਰ ਲਾਏ ਨੇ ਸਾਰੀਆਂ ਗੱਡੀਆਂ ਦੇ ਮੂਹਰੇ ਉੱਤੇ ਲੱਗੇ ਹੋਏ ਨੇ ਬੱਸਾਂ ਦੇ ਉੱਤੇ ਸ਼ੀਸ਼ਿਆਂ ਦੇ ਉੱਤੇ। ਵੀਹ ਬੱਸਾਂ ਅਤੇ ਮਤਲਬ ਬਾਕੀ ਛੋਟੇ ਸਾਧਨ ਟਰੱਕ ਉਹ ਪਾ ਕੇ ਕੁੱਲ 26 ਸਾਧਨ ਸਾਡੇ ਇੱਥੋਂ ਜਾ ਰਹੇ ਨੇ ਬਲਾਕ ਭਵਾਨੀਗੜ੍ਹ ਦੇ ਇਕੱਲੇ ਦੇ। ਇਸ ਕਰਕੇ ਅੱਜ ਗਿਣਤੀ ਪੂਰੀ ਭਰਨੀ ਆ ਬੱਸਾਂ ਦੀ। ਅੱਜ ਸ਼ਾਮ ਨੂੰ ਅਸੀਂ ਦਿੱਲੀ ਦਾ ਸਰਹੱਦਾਂ ਦੇ ਲਵੇ ਲਾਉਣੇ ਜਾ ਕੇ ਅੱਜ ਨਾਈਟ ਉੱਥੇ ਸਟੇ ਕਰਾਂਗੇ ਅਤੇ ਤੜਕੇ ਨੂੰ ਅਸੀਂ ਸਵੇਰੇ ਸਵਖਤ 'ਤੇ ਟ੍ਰੈਫਿਕ ਚੱਲਣ ਤੋਂ ਪਹਿਲਾਂ ਅਸੀਂ ਮਤਲਬ ਰਾਮਲੀਲਾ ਮੈਦਾਨ ਦੇ ਵਿੱਚ ਪਹੁੰਚਾਂਗੇ। ਇੱਕ ਦਿਨ ਦੀ ਅਸੀਂ ਇਹ ਰੈਲੀ ਕਰਨੀ ਹੈਗੀ। ਜੇ ਸਰਕਾਰ ਇਹਦੇ ਵਿੱਚ ਕੋਈ ਵਿਘਨ ਪਾਉਂਦੀ ਹੈਗੀ ਤਾਂ ਇਹਦੇ ਖਮਿਆਜੇ ਸਰਕਾਰ ਨੂੰ ਭੁਗਤਣੇ ਪੈਣਗੇ। ਅਤੇ ਜੇ ਸਰਕਾਰ ਨੇ ਸਾਨੂੰ ਇਸ ਰੈਲੀ ਦੇ ਵਿੱਚ, ਹਾਲਾਂਕਿ ਅਸੀਂ ਪਰਮਿਸ਼ਨ ਲੈਤੀ ਇਸ ਗੱਲ ਦੀ, ਪਰ ਪਰਮਿਸ਼ਨ ਦੇ ਅਸੀਂ ਲੈਟਰ ਲਾਏ ਨੇ ਸਾਰੀਆਂ ਗੱਡੀਆਂ ਦੇ ਮੂਹਰੇ ਉੱਤੇ ਲੱਗੇ ਹੋਏ ਨੇ ਬੱਸਾਂ ਦੇ ਉੱਤੇ ਸ਼ੀਸ਼ਿਆਂ ਦੇ ਉੱਤੇ। ਫਿਰ ਵੀ ਜੇ ਸਰਕਾਰ ਅਤੇ ਦਿੱਲੀ ਦੀ ਪੁਲਿਸ ਸਾਨੂੰ ਕੋਈ ਮਤਲਬ ਇਸ ਤਰੀਕੇ ਦਾ ਜਬਰ ਕਰਦੀ ਆ, ਨਹੀਂ ਜਾਣ ਦਿੰਦੀ, ਰੋਕਦੀ ਹੈ, ਤਾਂ ਅਸੀਂ ਮੌਕੇ 'ਤੇ ਵੀ ਉੱਥੇ ਕੋਈ ਪ੍ਰੋਟੈਸਟ ਕਰਾਂਗੇ ਅਤੇ ਉਸ ਤੋਂ ਬਾਅਦ ਦੇ ਵਿੱਚ ਸੰਯੁਕਤ ਮੋਰਚਾ ਕੋਈ ਇਹੋ ਜਿਹਾ ਫੈਸਲਾ ਲੈਂਦਾ ਹੈ ਵੀ ਇਹਨਾਂ ਨੂੰ ਕਿਸੇ ਨੂੰ ਪਿੰਡਾਂ 'ਚ ਵੜਨ ਹੀ ਨਹੀਂ ਦੇਣਾ, ਤਾਂ ਪਿੰਡਾਂ ਦੇ ਵਿੱਚ ਫਿਰ ਭੁੱਲ ਜਾਣਾ ਇਹ ਮਤ ਵੜਨਾ, ਪਿੰਡਾਂ ਦੇ ਵਿੱਚ ਨਹੀਂ ਸੀ ਵੜਨ ਦਿੰਦੇ ਜੇ ਸਰਕਾਰ ਨੇ ਸਾਡੇ ਨਾਲ ਇਹੋ ਜਿਹਾ ਕੁਛ ਕਰਨ ਦੀ ਕੋਸ਼ਿਸ਼ ਕੀਤੀ। ਸਾਨੂੰ ਕੋਈ ਔਖਾ ਨਹੀਂ, ਜਦ ਸਾਡੀਆਂ ਨਸਲਾਂ ਫਸਲਾਂ ਦੇ ਉੱਤੇ ਦਿੱਕਤ ਆ ਗਈ, ਫਿਰ ਅਸੀਂ ਹੁਣ ਆਪਦਾ, ਸਾਨੂੰ ਘਰ ਦੀ ਕੋਈ ਪਰਵਾਹ ਨਹੀਂ ਹੈਗੀ। ਸਾਡੇ ਬੱਚੇ ਹੈਗੇ ਨੇ, ਆਸ਼ਾ ਗੁਆਂਢ ਨੂੰ ਕਿਹਾ ਹੋਣੇ ਆ ਵੀ ਸਾਡੇ ਘਰ ਦੀ ਰਾਖੀ ਕਰ ਲਿਓ। ਸਰਕਾਰਾਂ ਸਾਡੀਆਂ ਮੰਗਾਂ ਨਹੀਂ ਮੰਨ ਰਹੀ, ਉਹਨਾਂ ਨੂੰ ਸੁਣਾਈ ਕਰਕੇ ਆਵਾਂਗੇ ਸਾਡੀਆਂ ਮੰਗਾਂ ਮੰਨੋ, ਜਿਹੜੀਆਂ ਤੁਸੀਂ ਮੰਨੀਆਂ ਹੋਈਆਂ ਮੰਗਾਂ ਤੁਸੀਂ ਆਪਦੀਆਂ ਸਾਡੀਆਂ ਲਾਗੂ ਕਰੋ। ਹੱਦ ਤੋਂ ਵੱਧ ਸਾਡੀਆਂ ਔਰਤਾਂ ਆਪਦੇ ਭਰਾਵਾਂ ਦੇ ਨਾਲ ਮੋਢਾ ਨਾਲ ਮੋਢਾ ਲਾ ਕੇ ਅਸੀਂ ਆਪਦੇ ਮਹਾਂਪੰਚਾਇਤ ਦੇ ਵਿੱਚ ਜਾ ਰਹੇ ਹਾਂ ਦਿੱਲੀ। ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਵੀ ਜਿਹੜੀਆਂ ਸਾਡੀਆਂ ਰਹਿੰਦੀਆਂ ਮੰਗਾਂ ਨੇ ਜਲਦੀ ਤੋਂ ਜਲਦੀ ਉਹਨਾਂ ਦਾ ਹੱਲ ਕੀਤਾ ਜਾਵੇ। ਸਾਨੂੰ ਸਾਰੀਆਂ ਫਸਲਾਂ 'ਤੇ MSP ਮਿਲਣੀ ਜ਼ਰੂਰੀ ਹੈ ਅਤੇ ਜਿਹੜੇ ਕਿਸਾਨਾਂ ਸਿਰ ਚੜਿਆ ਕਰਜ਼ਾ ਹੈ ਉਹ ਵੀ ਖਤਮ ਕੀਤਾ ਜਾਵੇ। ਅਸੀਂ ਅੱਜ ਸਾਡੇ ਮਰਦਾਂ ਤੋਂ ਇੱਕ ਵੀ ਕਦਮ ਪਿੱਛੇ ਨਹੀਂ, ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰਦੇ ਵੀ ਅਸੀਂ ਇਹਨਾਂ ਤੋਂ ਵੀ ਅੱਗੇ ਜਾ ਕੇ ਇਕੱਠ ਕਰੀਏ।